ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ, ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੀ ਕਲੈਕਸ਼ਨ, ਸਾਰੀ ਵਿੰਟਰ ਦੀ ਕਲੈਕਸ਼ਨ ਰਹੂਗੀ। ਦੁਪੱਟਿਆਂ ਦੇ ਨਾਲ ਆ, ਬਹੁਤ ਸੋਹਣਾ ਸਟਾਫ ਆ, ਪਿਓਰ ਪਸ਼ਮੀਨੇ ਦੇ ਉੱਪਰ ਆ। ਜਿੰਨੀ ਵੀ ਇਹ ਕੈਟਲੌਗ ਦਿਖਾਉਂਗੀ ਸਾਰੀ ਪਿਓਰ ਪਸ਼ਮੀਨੇ ਦੇ ਉੱਪਰ ਰਹੂਗੀ, ਤੇ ਨਾਲ ਪਿਓਰ ਪਸ਼ਮੀਨੇ ਦੀ ਬੋਟਮਸ ਰਹਿਣਗੀਆਂ, ਤੇ ਕਈ ਸੂਟਾਂ ਦੇ ਨਾਲ ਆਉਣਗੇ ਵਿਸਕੋਸ ਮਸਲੀਨ ਦੇ ਦੁਪੱਟੇ, ਤੇ ਇੱਕ ਦੋ ਪੀਸਾਂ ਦੇ ਨਾਲ ਆਉਣਗੇ ਚਨੂਨ ਦੇ ਦੁਪੱਟੇ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ, ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਕਲੈਕਸ਼ਨ ਬਹੁਤ ਸੋਹਣੀ ਆਈ ਆ, ਸੁਪਰ ਹਿੱਟ ਆਈ ਆ। ਸੋ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰਨਾ, ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਲੈਣਾ ਜੀ। ਤੇ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ, ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਤੇ ਜਿਹੜੀਆਂ ਭੈਣਾਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ, ਵੀਡੀਓ ਨੂੰ ਲਾਈਕ ਕਰਕੇ ਜਾਂਦੀਆਂ ਨੇ, ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ, ਉਹਨਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ ਜੀ, ਤੇ ਤੁਹਾਡਾ ਇੰਨਾ ਜ਼ਿਆਦਾ ਪਿਆਰ ਦੇਣ ਲਈ, ਇੰਨਾ ਜ਼ਿਆਦਾ ਐਪਰੀਸ਼ੀਏਟ ਕਰਨ ਲਈ। ਤੇ ਲਓ ਜੀ, ਦਿਖਾਉਂਦੀ ਹਾਂ ਅੱਜ ਦੀ ਕਲੈਕਸ਼ਨ। ਇਹ ਕਲੈਕਸ਼ਨ ਹੈਗੀ, ਰਿਪੀਟ ਆਏ ਨੇ ਪੀਸ, ਇਹ ਪਹਿਲਾਂ ਵੀ ਇਹ ਵਾਲੇ ਪੀਸ ਆਪਾਂ ਪਾ ਚੁੱਕੇ ਹਾਂ, ਬਹੁਤ ਸੋਹਣਾ ਯਾਨੀ ਕਿ ਰਿਸਪੋਂਸ ਸੀਗਾ। ਬਲੂ ਕਲਰ ਦੇ ਉੱਪਰ, ਬਲੂ ਕਲਰ ਦੇ ਉੱਪਰ ਆ, ਬਹੁਤ ਹੀ ਸੋਹਣਾ ਪੀਸ ਆ। ਦੋ ਕਲਰ ਨੇ ਇਹਦੇ ਵਿੱਚ, ਇੱਕ ਮਜੈਂਟਾ ਰਾਣੀ ਸ਼ੇਡ ਆ, ਇੱਕ ਬਲੂ ਕਲਰ ਆ, ਦੋਨੇ ਕਲਰ ਸੁਪਰ ਨੇ, ਬਹੁਤ ਸੋਹਣੇ। ਜਿੰਨੀ ਵੀ ਪ੍ਰਿੰਟਿੰਗ ਹੋਈ ਹੋਈ ਆ, ਦੂਰੋਂ ਦੇਖਣ ਨੂੰ ਇਦਾਂ ਲੱਗੂਗਾ ਜਿਵੇਂ ਸਾਰਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ। ਪਿਓਰ ਪਸ਼ਮੀਨੇ ਦੇ ਉੱਪਰ ਨੇ, ਕੋਈ ਲੋਨ ਨਹੀਂ ਆਉਣਾ, ਕੋਈ ਬੁਰ ਨਹੀਂ ਆਉਣਾ, ਬਹੁਤ ਸੋਹਣੀ ਕਲੈਕਸ਼ਨ ਆ। ਹੈਲੋ, ਬਹੁਤ ਸੋਹਣੇ ਸੁਪਰ ਹਿੱਟ ਪੀਸ ਨੇ, ਜਿਹੜਾ ਮਰਜ਼ੀ ਸੂਟ ਅੱਜ ਦੀ ਵੀਡੀਓ ਦਾ ਲੈ ਲਿਓ, ਬਹੁਤ ਸੋਹਣਾ, ਸਾਰਾ ਪਿਓਰ ਪਸ਼ਮੀਨੇ ਦੇ ਉੱਪਰ ਆਊਗਾ, ਘੇਰਾ ਆਊ, ਬਾਹਾਂ ਤੇ ਪ੍ਰਿੰਟਿੰਗ ਆਊ, ਸਾਰਾ ਜਿੰਨਾ ਵੀ ਕੰਮ ਹੋਇਆ, ਜਿਹੜਾ ਵਾਈਟ ਕੰਮ ਹੋਇਆ ਇਦਾਂ ਲੱਗਦਾ ਜਿਵੇਂ ਪਿੰਟੈਕਸ ਕੀਤੀ ਆ, ਸਾਰੀ ਪ੍ਰਿੰਟਿੰਗ ਆ, ਕੋਈ ਵੀ ਲੈਸ ਵਗੈਰਾ ਦਾ ਕੰਮ ਨਹੀਂ, ਸਾਰੀ ਪ੍ਰਿੰਟਿੰਗ ਹੋਈ ਹੋਈ ਆ, ਡਿਜੀਟਲ ਪ੍ਰਿੰਟਿੰਗ ਆ, ਬਹੁਤ ਹੀ ਸੋਹਣੀ ਰੋਇਲ ਜਿਹਾ ਬਲੂ ਕਲਰ, ਨੇਵੀ ਬਲੂ ਕਲਰ ਦੇ ਉੱਪਰ ਇਹ ਸੂਟ ਆ। ਲਓ ਜੀ, ਪਿਓਰ ਪਸ਼ਮੀਨੇ ਦੀਆਂ ਹੈਗੀਆਂ ਬੋਟਮਾਂ, ਢਾਈ ਤੋਂ ਪਲੱਸ ਇਹਨਾਂ ਦੇ ਨਾਲ ਬੋਟਮ ਜਿਹੜੀ ਲੱਗੀ ਹੁੰਦੀ ਆ, ਢਾਈ ਤੋਂ ਪਲੱਸ ਹੁੰਦੀ ਆ, ਬੋਟਮ ਇਹਦੀ ਢਾਈ ਤੋਂ ਪਲੱਸ ਮਿਲੂਗੀ ਤੁਹਾਨੂੰ, ਤੇ ਨਾਲ ਜਿਹੜੇ ਦੁਪੱਟੇ ਮਿਲਣਗੇ ਉਹ ਮਿਲਣਗੇ ਵਿਸਕੋਸ ਮਸਲੀਨ ਦੇ। ਲਓ ਜੀ, ਵਿਸਕੋਸ ਮਸਲੀਨ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ, ਜਿਵੇਂ ਮਰਜ਼ੀ ਤੁਸੀਂ ਦੁਪੱਟੇ ਇਸ ਤਰ੍ਹਾਂ ਲੈ ਸਕਦੇ ਹੋ, ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ। ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਦੋ, ਦੂਸਰਾ ਕਲਰ ਵੀ ਇਹਦਾ ਬਹੁਤ ਸੋਹਣਾ, ਬਹੁਤ ਪਿਆਰਾ, ਦੇਖ ਸਕਦੇ ਹੋ ਸਾਰਾ ਕਲਰ ਬਹੁਤ ਸੋਹਣਾ, ਜ਼ਿਆਦਾ ਡਾਰਕ ਵੀ ਨਹੀਂ, ਵੀ ਅੱਖਾਂ ਜੀਆਂ 'ਚ ਵੱਜਦਾ, ਬਹੁਤ ਸੋਹਣਾ ਪਿੰਕ, ਡਾਰਕ ਪਿੰਕ ਕਲਰ ਦੇ ਉੱਪਰ ਆ, ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਹੀ ਵਧੀਆ, ਨਾਲ ਸੇਮ ਬੋਟਮਸ ਲੱਗੀਆਂ, ਪਿਓਰ ਪਸ਼ਮੀਨਾ ਵਾ ਪੂਰਾ ਵਧੀਆ, ਤੇ ਨਾਲ ਹੈਗਾ ਸੇਮ ਵਿਸਕੋਸ ਮਸਲੀਨ ਦਾ ਹੀ ਦੁਪੱਟਾ। ਹੈਲੋ, ਹਰ ਤਰ੍ਹਾਂ ਦੇ ਕਲਰ ਮਿਲਣਗੇ, ਲਾਈਟ ਡਾਰਕ ਇਹਦੇ ਵਿੱਚ, ਕਿਉਂਕਿ ਸਾਰੀਆਂ ਕੈਟਲੌਗਸ ਨੇ। ਆ ਲਓ, ਇਹ ਇਦਾਂ ਬਣੇ ਹੋਏ ਦੀ ਲੁੱਕ ਇਦਾਂ ਆਊਗੀ।
ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ, ਬਹੁਤ ਪਿਆਰੀ ਆ, ਜਿਵੇਂ ਮਰਜ਼ੀ ਤੁਸੀਂ ਵੀਅਰ ਕਰੋ। ਇਹਨਾਂ ਨੂੰ ਸਰਦਾਰੀ ਜੀ ਲੁੱਕ ਦੇ ਸੂਟ ਨੇ, ਬਹੁਤ ਹੀ ਪਿਆਰੇ। ਨਾਲ ਸੇਮ ਆਊਗੀ ਬਾਹਾਂ ਦੇ ਉੱਪਰ ਪ੍ਰਿੰਟਿੰਗ, ਜਿੰਨੀ ਪ੍ਰਿੰਟਿੰਗ ਫਰੰਟ ਦੇ ਉੱਪਰ ਆ ਸੇਮ ਹੀ ਸੂਟਾਂ ਦੇ ਬੈਕ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੂਗੀ। ਪਿਓਰ ਪਸ਼ਮੀਨੇ ਦੇ ਸੂਟ ਨੇ, ਸੋ ਨਾਲ ਹੀ ਇਹਦੇ ਮਿਲੂਗਾ ਤੁਹਾਨੂੰ ਪਲੇਨ ਬੋਟਮ ਤੇ ਨਾਲ ਸੇਮ ਵਿਸਕੋਸ ਮਸਲੀਨ ਦਾ ਹੀ ਰਹੂਗਾ ਦੁਪੱਟਾ। ਆ ਲਓ ਜੀ, ਇਸ ਤਰ੍ਹਾਂ ਹੈਗਾ ਇਹਦਾ ਦੁਪੱਟਾ, ਬਹੁਤ ਹੀ ਪਿਆਰਾ, ਬਹੁਤ ਹੀ ਸੋਹਣਾ। ਇਹ ਗ੍ਰੀਨ ਮੂੰਗੀਆ ਜਿਹਾ ਸ਼ੇਡ ਆ, ਜਿਹੜਾ ਇਹ ਵਾਲਾ ਆਪਾਂ ਸ਼ੇਡ ਖੋਲਿਆ ਗ੍ਰੀਨ ਮੂੰਗੀਆ ਸ਼ੇਡ ਦੇ ਉੱਪਰ। ਨੈਕਸਟ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਉਂਗੀ ਇਹ ਵਾਲਾ ਹੈਗਾ ਜੀ ਗ੍ਰੇ, ਡਾਰਕ ਗ੍ਰੇ, ਜਿਹੜਾ ਬਲੈਕਿਸ਼ ਜਿਹਾ ਗ੍ਰੇ ਹੁੰਦਾ ਉੱਦਾਂ ਦਾ। ਦੇਖੋ ਕਿੰਨੀ ਸੋਹਣੀ ਬਣੇ ਹੋਇਆਂ ਦੀ ਜਿਹੜੀ ਲੁੱਕ ਆਉਣੀ ਆ ਸੂਟਾਂ ਦੀ, ਉਹ ਦੇਖਣ 'ਚ ਨਹੀਂ ਆਉਣੀ ਜਿੰਨੀ ਬਣ ਕੇ ਆਉਣੀ ਆ। ਬਣ ਕੇ ਇਹ ਪੀਸਾਂ ਨੇ ਰੈਡੀ ਹੋਣਾ, ਬਹੁਤ ਸੋਹਣੀ ਲੁੱਕ ਦੇ ਸੂਟ ਨੇ ਤੇ ਸਾਰਾ ਪ੍ਰੀਮੀਅਮ ਫੈਬਰਿਕ ਲੱਗਿਆ ਹੋਇਆ, ਬਹੁਤ ਸੋਹਣਾ ਵਧੀਆ ਫੈਬਰਿਕ ਲੱਗਿਆ ਹੋਇਆ, ਪਿਓਰ ਪਸ਼ਮੀਨਾ ਲੱਗਿਆ ਹੋਇਆ ਜੀ। ਚੈੱਕ ਕਰੋ ਪ੍ਰਿੰਟਿੰਗ, ਬਹੁਤ ਸੋਹਣੀ, ਬਹੁਤ ਹੀ ਪਿਆਰੀ ਆ। ਸਾਰਾ ਡਿਜੀਟਲ ਸੂਟ ਬਣਿਆ ਹੋਇਆ, ਸੇਮ ਬੈਕ ਬਣੀ ਹੋਈ ਆ, ਸੇਮ ਫਰੰਟ ਆ, ਸਾਈਡਾਂ ਤੇ ਇਸ ਤਰ੍ਹਾਂ ਬਾਹਾਂ ਦੀ ਪ੍ਰਿੰਟਿੰਗ ਆਊਗੀ ਤੇ ਨਾਲ ਆਊਗਾ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ, ਨਾਲ ਪਲੇਨ ਆਊਗੀ ਬੋਟਮ। ਆਲੋ ਜੀ, ਬਹੁਤ ਸੋਹਣਾ ਲੁੱਕ ਦੇ ਸੂਟ ਨੇ। ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ, ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ। ਆਲੋ ਜੀ, ਕਿੰਨਾ ਸੋਹਣਾ, ਬਹੁਤ ਹੀ ਸੋਹਣਾ ਮਸਟਰਡ ਜੇ ਸ਼ੇਡ ਦੇ ਉੱਪਰ ਆ ਇਹ ਸੂਟ। ਹਲੋ ਜੀ, ਸਾਰਾ ਇੱਦਾਂ ਲੱਗਦਾ ਜਿਵੇਂ ਥਰੈਡ ਵਰਕ ਦਾ ਕੰਮ ਹੋਇਆ ਹੋਇਆ, ਪਰ ਸਾਰੀ ਪ੍ਰਿੰਟਿੰਗ ਹੋਈ ਆ ਸੂਟ ਦੇ ਉੱਪਰ, ਜਿੰਨੀ ਵੀ ਤੁਸੀਂ ਦੇਖ ਰਹੇ ਹੋ ਸਾਰੀ ਪ੍ਰਿੰਟਿੰਗ ਹੋਈ ਹੋਈ ਆ। ਬਹੁਤ ਹੀ ਵਧੀਆ, ਬਹੁਤ ਸੋਹਣਾ ਸਾਰਾ ਡਿਜ਼ਾਈਨ ਕੀਤਾ ਹੋਇਆ, ਇਸ ਤਰ੍ਹਾਂ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ। ਬਹੁਤ ਸੋਹਣੀ ਕਲੈਕਸ਼ਨ ਆ, ਨਾਲ ਸੇਮ ਹੈਗਾ ਜੀ ਇਸ ਤਰ੍ਹਾਂ ਇਹਦੀ ਬੋਟਮ ਤੇ ਨਾਲ ਹੈਗਾ ਸੇਮ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਲੱਗਿਆ। ਸੇਮ ਪੂਰੇ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਦੁਪੱਟੇ ਆ। ਬਸ ਤੁਸੀਂ ਆਪਣਾ ਸੂਟ ਸਿਲੈਕਟ ਕਰੋ, ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਉਹਦਾ ਆਰਡਰ ਬੁੱਕ ਕਰਵਾ ਦਿਓ। ਹਰ ਤਰ੍ਹਾਂ ਦੇ ਇਹਨਾਂ 'ਚ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ, ਇਹਦੇ ਵਿੱਚ ਜਿਵੇਂ ਦੋ ਕਲਰ ਮਿਲਣਗੇ ਤੁਹਾਨੂੰ, ਦੇਖੋ ਸੈਕਿੰਡ ਕਲਰ ਆ ਇਹ, ਇਹਦਾ ਸੇਮ ਡਿਜ਼ਾਈਨ ਰਹੂਗਾ, ਕਲਰ ਦਾ ਡਿਫਰੈਂਸ ਆ। ਇਹਦੇ ਵਿੱਚ ਪਿੰਕ ਲਾਈਟ ਜਾਂ ਪਿੰਕ ਸ਼ੇਡ ਆ, ਗ੍ਰੇ ਤੇ ਪਿੰਕ ਦਾ ਇਹਦਾ ਹੈਗਾ ਮਿਕਸ, ਨਾਲ ਪਿੰਕ ਕਲਰ ਦੀ ਆਊਗੀ ਬੋਟਮ ਤੇ ਨਾਲ ਹੀ ਆਊਗਾ ਵਿਸਕੋਸ ਮਸਲੀਨ ਦਾ ਦੁਪੱਟਾ। ਜਿਹੜੀਆਂ ਵੀ ਭੈਣਾਂ ਦੇ ਸਾਡੇ ਕੋਲ ਆਰਡਰ ਚੱਲ ਰਹੇ ਨੇ, ਉਹਨਾਂ ਨੇ ਵੀ ਜੇ ਇਹਨਾਂ 'ਚੋਂ ਕੋਈ ਵੀ ਸੂਟ ਐਡ ਆਨ ਕਰਵਾਉਣਾ, ਜਿਵੇਂ ਕਿ ਤੁਹਾਡੇ ਕੰਨੀ ਠੰਡ ਕਾਫੀ ਜ਼ਿਆਦਾ ਤੇ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਨੇ ਉੱਧਰ ਜੇ ਜ਼ਿਆਦਾ ਠੰਡ ਆ, ਇੱਧਰ ਤਾਂ ਜ਼ਿਆਦਾ ਟਾਈਮ ਠੰਡ ਨਹੀਂ ਰਹਿੰਦੀ, ਤਾਂ ਕਰਕੇ ਸਾਡੀ ਰਿਕੁਆਇਰ ਇਹੀ ਹੁੰਦੀ ਆ ਵੀ ਤੁਸੀਂ ਚਾਹੇ ਪਿਓਰ ਪਸ਼ਮੀਨੇ ਤੱਕ ਦੇ ਸੂਟ ਲੈਂਦੇ ਹੋ, ਤੁਸੀਂ ਲਾਈਨਿੰਗ ਜ਼ਰੂਰ ਲਗਵਾ ਲਿਆ ਕਰੋ। ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆ ਜਾਂਦੀ ਆ। ਇੱਕ ਆਪਾਂ 200-400 ਪਿੱਛੇ ਇਹ ਕਹਿ ਦਿੰਦੇ ਹਾਂ ਵੀ ਚਲੋ ਰਹਿਣ ਦਿਉ, ਇਹ ਮੋਟੇ ਸੂਟ ਨੇ, ਇਹਨਾਂ ਥੱਲੇ ਲਾਈਨਿੰਗ ਰਹਿਣ ਦਿਉ, ਸਕਿੱਪ ਕਰ ਦਿਉ। ਵੈਸੇ ਤਾਂ ਅਸੀਂ ਹਰ ਭੈਣ ਨੂੰ ਹੀ ਕਹਿੰਦੇ ਹਾਂ, ਚਾਹੇ ਕਿਸੇ ਨੇ ਇੱਧਰ ਲੈਣਾ ਚਾਹੇ ਉੱਧਰ ਲੈਣਾ, ਪਰ ਇੱਧਰ ਕਈ ਭੈਣਾਂ ਨਹੀਂ ਲਗਵਾਉਣਾ ਪਸੰਦ ਕਰਦੀਆਂ ਲਾਈਨਿੰਗ, ਪਰ ਜੇ ਤੁਸੀਂ ਬਾਹਰ ਹੋ
ਲਓ ਜੀ, ਜਿਹੜੀਆਂ ਭੈਣਾਂ ਜਾਣੀ ਕਿ ਰਿਕੁਆਇਰ ਜਾਣੀ ਕਿ ਪਸੰਦ ਕਰਦੀਆਂ ਨੇ, ਤਾਂ ਸਾਡੀ ਮੇਰੀ ਇਹੀ ਆ ਵੀ ਤੁਸੀਂ ਲਾਈਨਿੰਗ ਜ਼ਰੂਰ ਲਗਵਾ ਲਿਆ ਕਰੋ, ਤਾਂ ਕਿ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆ ਜਾਂਦੀ ਹੈ। ਵੈਸੇ ਤਾਂ ਮੋਟਾ ਸਟੱਫ ਹੀ ਹੁੰਦਾ, ਪੈਣਾ ਵੀ ਇਹਨੇ ਵਿੰਟਰ 'ਚ ਹੀ ਹੁੰਦਾ, ਸੋ ਲਾਈਨਿੰਗ ਦੇ ਨਾਲ ਉਹ ਹੋਰ ਵੀ ਵਧੀਆ ਸਟੱਫ ਬਣ ਜਾਂਦਾ, ਅਤੇ ਜਿਹੜੀ ਸੂਟ ਦੀ ਗ੍ਰੇਸ ਆਉਂਦੀ ਆ ਅਤੇ ਸੂਟ ਹੰਢਦਾ, ਉਹ ਜਾਣੀ ਕਿ ਪਾਏ ਹੋਏ ਸੂਟ ਵੀ ਐਂ ਦੱਸਦਾ ਵੀ ਹਾਂਜੀ ਤੁਸੀਂ ਪਾਇਆ ਹੋਇਆ, ਜਾਣੀ ਕਿ ਬਹੁਤ ਸੋਹਣੀ ਗ੍ਰੇਸ ਆਉਂਦੀ ਆ, ਫੈਬਰਿਕ ਨੂੰ ਹੋਰ ਜਾਣ ਮਿਲ ਜਾਂਦੀ ਆ, ਇਹ ਸਮਝ ਲਓ। ਅਤੇ ਇਸ ਲਈ ਬਾਕੀ ਤਾਂ ਤੁਹਾਡੀ ਆਪਣੀ ਮਰਜ਼ੀ ਆ, ਪਰ ਸਾਡੀ ਜ਼ਰੂਰ ਰਿਕੁਆਇਰ ਹੁੰਦੀ ਆ ਕਿ ਤੁਸੀਂ ਲਾਈਨਿੰਗ ਜ਼ਰੂਰ ਲਗਵਾ ਲਿਆ ਕਰੋ, ਜਿਹੜੇ ਵੀ ਸੂਟਾਂ ਤੁਸੀਂ ਲਗਵਾ ਸਕਦੇ ਹੋ। ਆ ਲਓ ਜੀ, ਨਾਲ ਦੇਖ ਲਓ ਬਹੁਤ ਸੋਹਣਾ ਦੁਪੱਟਾ, ਨੈਕਸਟ ਸੂਟ ਹੈਗਾ ਜੀ ਇਹਦੇ ਵਿੱਚ ਰਸਟ ਕਲਰ ਦੇ ਉੱਪਰ, ਰਸਟ ਕਲਰ ਦਾ ਸੂਟ ਆ, ਦੇਖੋ ਪਿੱਕ ਚੈੱਕ ਕਰ ਲਓ, ਬਹੁਤ ਹੀ ਪਿਆਰਾ ਇਹਦੇ ਨਾਲ ਦਾ ਪਿੱਕ ਕਲਰ, ਪਹਿਲਾਂ ਵੀ ਖੋਲ ਚੁੱਕੇ ਹਾਂ, ਉਹਦੇ ਵਿੱਚ ਹੀ ਸੇਮ ਕਲਰ ਆ ਇਹ ਰਸਟ ਕਲਰ, ਪਹਿਲਾਂ ਇਹ 'ਚ ਬਲੈਕ ਗ੍ਰੇ ਜਿਹਾ ਕਲਰ ਖੋਲਿਆ ਆਪਾਂ, ਲਓ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ, ਕਲਰ ਹੀ ਬਹੁਤ ਸੋਹਣਾ ਵਾ, ਬਹੁਤ ਹੀ ਜ਼ਿਆਦਾ ਪਿਆਰਾ ਵਾ, ਅਤੇ ਨਾਲ ਸੇਮ ਆਊਗੀ ਬਾਹਾਂ ਦੇ ਉੱਪਰ ਪ੍ਰਿੰਟਿੰਗ, ਸੇਮ ਰਹੂਗੀ ਰਸਟ ਕਲਰ ਦੀ ਬਾਟਮ, ਅਤੇ ਨਾਲ ਸੇਮ ਰਹੂਗਾ ਜੀ ਵਿਸਕੋਸ ਮਸਲੀਨ ਦਾ ਪੂਰੇ ਖੁੱਲ੍ਹੇ ਡੁੱਲੇ ਦੁਪੱਟੇ। ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਹੀ ਸੋਹਣੇ ਪੀਸ ਨੇ, ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਔਡਰ ਕਰੀ ਚੱਲੋ, ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ। ਕਲਰ ਇੰਨੇ ਸੋਹਣੇ ਨੇ, ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆਏ ਨੇ ਇਹ ਸੂਟਾਂ ਦੇ ਵਿੱਚ, ਹਰ ਤਰ੍ਹਾਂ ਦੇ ਜਾਣੀ ਕਿ ਇਸ 'ਚ ਤੁਸੀਂ ਵੀਅਰ ਕਰ ਸਕਦੇ ਹੋ। ਦੇਖੋ ਕਿੰਨਾ ਪਿਆਰਾ ਇਹ ਲਵੈਂਡਰ ਪਰਪਲ ਜਿਹਾ ਸ਼ੇਡ ਆ, ਬਹੁਤ ਸੋਹਣਾ ਲਾਈਟ ਜਿਹਾ, ਜ਼ਿਆਦਾ ਉਹ ਵੀ ਨਹੀਂ, ਇੰਗਲਿਸ਼ ਜਿਹਾ ਕਲਰ ਆ, ਬਹੁਤ ਸੋਹਣੀ ਪ੍ਰਿੰਟਿੰਗ ਆ, ਸਾਰੀ ਡਿਜੀਟਲ ਹੋਈ ਹੁੰਦੀ ਹੈ ਸ਼ਰਟ, ਸਾਰੀ ਡਿਜੀਟਲ ਆ, ਨੀਚੇ ਜਾ ਕੇ ਉੱਨੀ ਸੋਹਣੀ ਪ੍ਰਿੰਟਿੰਗ ਪੱਲੇ ਦੇ ਉੱਪਰ ਆ ਜਾਂਦੀ ਆ, ਬਹੁਤ ਸੋਹਣਾ ਸਾਰਾ ਘੇਰ ਦੇ ਉੱਪਰ ਕੰਮ ਆ, ਨਾਲ ਬਾਹਾਂ ਦੇ ਉੱਪਰ ਸੇਮ ਪ੍ਰਿੰਟਿੰਗ ਆਊਗੀ, ਨਾਲ ਸੇਮ ਮਿਲੂਗੀ ਪਲੇਨ ਬੋਟਮ, ਅਤੇ ਨਾਲ ਮਿਲੂਗਾ ਵਿਸਕੋਸ ਮਸਲੀਨ ਦਾ ਦੁਪੱਟਾ। ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਦੁਪੱਟਾ ਲੱਗਿਆ ਹੋਇਆ, ਨਾਲ ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਸੋਹਣੀਆਂ ਪ੍ਰਾਈਜ਼ ਰੇਂਜਾਂ ਨੇ, ਫਟਾਫਟ ਆਪਣੀਆਂ ਸਕਰੀਨਸ਼ਾਟ ਲੈ ਕੇ ਔਡਰ ਕਰ ਦਿਓ, ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ। ਹਲੋ, ਇਹ ਡਾਰਕ ਜਿਹੜੀਆਂ ਭੈਣਾਂ ਲਾਈਕ ਕਰਦੀਆਂ ਉਹਨਾਂ ਲਈ ਸਿੰਪਲ ਸੋਬਰ ਦੁਪੱਟਾ ਬਹੁਤ ਗ੍ਰੇਸਫੁੱਲ ਹੈ ਇਹਦਾ, ਇਹਨਾਂ ਦੇ ਨਾਲ ਜਿਹੜੇ ਦੁਪੱਟੇ ਲੱਗੇ ਹੋਏ ਆ ਉਹ ਲੱਗੇ ਹੋਏ ਆ ਚਨੂਨ ਦੇ, ਇਹ ਦੋ ਪੀਸ ਨੇ ਜਿਨ੍ਹਾਂ ਨਾਲ ਤੁਹਾਨੂੰ ਚਨੂਨ ਦੇ ਦੁਪੱਟੇ ਮਿਲਣਗੇ। ਲਓ ਜੀ, ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਡਿਜੀਟਲ ਜਿਹਾ ਜਾਲ ਮਿਲੂਗਾ, ਬਹੁਤ ਹੀ ਸੋਹਣਾ ਘੇਰ ਦੇ ਉੱਪਰ ਐਂ ਬੇਲ ਵਾਂਗੂ ਸਾਰੀ ਪ੍ਰਿੰਟਿੰਗ ਮਿਲੂਗੀ, ਬਹੁਤ ਪਿਆਰੀ, ਬਾਹਾਂ ਦੇ ਉੱਪਰ ਵੀ ਇਸ ਤਰ੍ਹਾਂ ਪੈਨਲਸ ਮਿਲਣਗੀਆਂ, ਨਾਲ ਸੇਮ ਮਿਲੂਗੀ ਇਸ ਤਰ੍ਹਾਂ ਪੱਟੀ ਵਾਂਗੂ, ਜਿਵੇਂ ਲੱਗੂਗਾ ਕਿ ਆਪਾਂ ਥਰੈਡ ਵਰਕ ਦੀ ਬੇਲ ਬਣੀ ਹੋਈ ਆ, ਬਹੁਤ ਸੋਹਣਾ ਪੀਸ ਆ, ਅਤੇ ਰੈਡੀ ਹੋਏ ਦੀ ਲੁੱਕ ਵੀ ਬਹੁਤ ਸੋਹਣੀ ਆਊਗੀ, ਨਾਲ ਸੇਮ ਆਊਗੀ ਮਜੈਂਟਾ ਦੀ ਵੀ ਬੋਟਮ, ਬੋਟਮ ਦੇ ਵਿੱਚ ਨਿੱਕੇ ਨਿੱਕੇ ਤੁਹਾਨੂੰ ਡੋਟਸ ਮਿਲਣਗੇ, ਕਿਤੇ ਕਿਤੇ ਡੋਟ ਮਿਲੂਗਾ, ਸੇਮ ਜੋ ਪ੍ਰਿੰਟਿੰਗ ਇਹਦੇ ਵਿੱਚ ਹੋਈ ਆ ਉਹੀ ਕਲਰ ਦਾ, ਬਹੁਤ ਸੋਹਣਾ ਸਕਿਨ ਜਿਹੇ ਕਲਰ ਦਾ ਤੁਹਾਨੂੰ ਇਸ ਤਰ੍ਹਾਂ ਦਿਖਦਾ ਹੋਊਗਾ, ਬਹੁਤ ਸੋਹਣਾ ਪੀਸ ਆ, ਚਨੂਨ ਦਾ ਦੁਪੱਟਾ ਨਾਲ ਮਿਲੂਗਾ, ਪਿਓਰ ਵਿਸਕੋਸ ਦੀ ਦੁਪੱਟੇ ਦੀ ਕੁਆਲਿਟੀ ਹੋਊਗੀ ਇਹਦੀ,
ਬਹੁਤ ਸੋਹਣਾ ਦੁਪੱਟਾ ਦੇਖੋ, ਬਹੁਤ ਸੋਹਣੀ ਲੁੱਕ ਦਾ ਨਾਲ ਦੁਪੱਟਾ ਮਿਲੂਗਾ। ਜਿਹੜੀਆਂ ਵੀ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਲਓ, ਆਰਡਰ ਕਰ ਦਿਓ। 3D ਜਿਹਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਦੇ ਵਿੱਚ। ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ। ਲਾਸਟ ਪੀਸ ਅੱਜ ਦੀ ਵੀਡੀਓ ਦਾ, ਹਲੋ ਇਸ ਤਰ੍ਹਾਂ ਹੋਊਗਾ ਫਲਾਵਰ ਬਣਿਆ ਹੋਇਆ ਪੱਲੇ ਦੇ ਉੱਪਰ, ਸ਼ਰਟ ਸਾਰੀ ਡਿਜੀਟਲ ਰਹੂਗੀ ਤੇ ਨਾਲ ਇਸੇ ਤਰ੍ਹਾਂ ਬਾਹਾਂ ਦੇ ਉੱਪਰ ਫਲਾਵਰ ਆਊਗਾ। ਇਸ ਤਰ੍ਹਾਂ ਬੇਲ ਵਾਂਗੂ ਇੱਕ ਪੱਟੀ ਜੀ ਬਣੀ ਹੋਊਗੀ ਸਾਈਡਾਂ ਦੇ ਬਾਹਾਂ ਦੇ ਵੀ, ਤੇ ਇੱਥੇ ਨੀਚੇ ਘੇਰ ਦੇ ਉੱਪਰ ਵੀ। ਬਹੁਤ ਸੋਹਣਾ ਕੰਮ, ਬਹੁਤ ਸੋਹਣਾ ਹੋਇਆ ਸੂਟਾਂ ਦੇ ਉੱਪਰ, ਯਾਨੀ ਕਿ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਤੇ ਪਿਓਰ ਪਸ਼ਮੀਨੇ ਦੇ ਉੱਪਰ ਆ। ਪੂਰਾ ਵਧੀਆ ਲਾਈਟ ਵੇਟ, ਕੋਈ ਬੋਨੀ, ਕੋਈ ਸ਼ਰਿੰਕਿੰਗ ਨਹੀਂ, ਕੁਛ ਨਹੀਂ ਹੋਣਾ ਸੂਟਾਂ ਨੂੰ, ਕਿਉਂਕਿ ਵਿੰਟਰ ਦੀ ਕਲੈਕਸ਼ਨ ਇਹੀ ਆ ਵੀ ਅਸੀਂ ਕੋਸ਼ਿਸ਼ ਕਰੀ ਦੀ 500-600 ਦੇ ਵਿੱਚ ਵੀ ਦੁਪੱਟਿਆਂ ਵਾਲੇ ਸੂਟ ਲੈ ਆਈਏ, ਪਰ ਤਾਂ ਹੀ ਨਹੀਂ ਲੈ ਕੇ ਆਉਂਦੇ ਕਿਉਂਕਿ ਉਹਨਾਂ ਬਾਰੇ ਅਸੀਂ ਕੋਈ ਵੀ ਗਰੰਟੀ ਦੇਣੀ ਵਧੀਆ ਨਹੀਂ ਸਮਝਦੇ ਹੈਗੇ, ਹੈ ਨਾ, ਵੀ ਤੁਹਾਡੇ ਤੱਕ ਅਸੀਂ ਸੂਟ ਉਹ ਪਹੁੰਚਦੇ ਕਰੀਏ ਤੇ ਬਾਅਦ ਦੇ ਵਿੱਚ ਤੁਹਾਤੋਂ ਅਸੀਂ ਗੱਲਾਂ ਸੁਣੀਏ, ਇੱਦਾਂ ਸਾਨੂੰ ਨਹੀਂ, ਫਿਰ ਉਹ ਮੁੜ ਕੇ ਨਾ ਤੁਸੀਂ ਸਾਨੂੰ ਆਰਡਰ ਦਵੋ, ਹੈ ਨਾ, ਫਿਰ ਉਹ ਚੀਜ਼ਾਂ ਕੰਮ ਨੂੰ ਖਰਾਬ ਕਰ ਦਿੰਦੀਆਂ। ਸੋ ਜੋ ਕੁਆਲਿਟੀ ਲੈ ਕੇ ਆ ਰਹੇ ਹਾਂ ਉਹ ਬੈਸਟ ਤੋਂ ਬੈਸਟ ਹੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ, ਸਾਰੇ ਬ੍ਰਾਂਡ ਦੀ ਕਲੈਕਸ਼ਨ ਲੈ ਕੇ ਆ ਰਹੇ ਹਾਂ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ। ਮਾਰਕੀਟ ਦੇ ਵਿੱਚ ਡੁਪਲੀਕੇਟ ਸੀ, ਘੱਟ ਰੇਂਜਾਂ ਵਾਲੇ ਵਾਧੂ ਪਏ ਨੇ ਜੀ, ਜਿੰਨੇ ਮਰਜ਼ੀ ਆਪਾਂ ਲੈ ਸਕਦੇ ਹਾਂ ਚੀਜ਼ਾਂ, ਬਟ ਓਰੀਜਨਲ ਨੇ ਜੋ ਬ੍ਰਾਂਡ ਦੀਆਂ ਨੇ ਉਹ ਵਧੀਆ ਸ਼ੋਪਸ ਤੋਂ ਹੀ ਮਿਲਣਗੀਆਂ ਤੇ ਪੂਰੀਆਂ ਵਧੀਆ, ਉਹਨਾਂ ਦਾ ਸਟੱਫ ਵੀ ਨਿਕਲੂਗਾ, ਪੈਸੇ ਲਾਏ ਵੀ ਤੁਹਾਡੇ ਰਾਸ ਆਉਣਗੇ ਜਿੱਥੋਂ ਮਰਜ਼ੀ ਤੁਸੀਂ ਲੈਂਦੇ ਹੋ, ਤੇ ਚਾਹੇ 10 ਸੂਟਾਂ ਦੀ ਬਜਾਏ ਇੱਕ ਸੂਟ ਆਪਾਂ ਲਈਏ, ਪਰ ਲਈਏ ਉਹ ਜੋ ਪਾਇਆ ਹੋਇਆ ਸਕੂਨ ਵੀ ਦੇਵੇ, ਵਧੀਆ ਵੀ ਨਿਕਲੇ ਕੱਪੜਾ, ਹੈ ਨਾ। ਤੇ ਇਸ ਲਈ ਫੈਬਰਿਕ ਵਾਲੀਆਂ ਬੇਫਿਕਰ ਹੋ, ਫੈਬਰਿਕ ਬਹੁਤ ਸੋਹਣਾ, ਬਹੁਤ ਸੁਪਰ ਆ, ਬਹੁਤ ਫਾਈਨ ਆ। ਸੋ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ 'ਚੋਂ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ। ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈ ਹਾਂ, ਸੁਪਰ ਹਿੱਟ ਲੈ ਕੇ ਆਈ ਹਾਂ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਤੇ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ, ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।